पंजाब पंजाबीयत ते पंजाबीयत नूं समर्पित तुहाडे अपने सिटी लाइव चैनल दे जरिए अज तुहानूं लेके पहुंचे हुए हां हलका गिल दे पिंड कोटागा दे साबका सरपंच बीबी मनजीत कौर जी दे पति सरदार जसवीर सिंह जी दे कोल। आओ आपां गलबात करदे हां सरदार जसवीर सिंह जी दे नाल कि जिस समय बीबी मनजीत कौर जी बतौर सरपंच अपने पिंड दी सेवा निभा रहे सी ओह 5 साल दे समय दौरान बीबी जी ने अपने पिंड दे किहड़े-किहड़े काम कीते, क्योंकि जेकर गल करिए हुण दी तां मौजूदा सरपंच ने जानकारी दित्ती कि साबका पंचायत और मौजूदा पंचायत टेबल ते चाह दा कप पींदे होए पिंड दीआं समस्यावां दा विचार विमर्श करदे ने, जिस कारण जसवीर जी दा अहम रोल है इस वक्त मौजूदा पंचायत दे कम्मकारां विच। आओ आपां गलबात करिए सरदार जसवीर सिंह जी दे नाल। जसवीर जी, आपां तुहाडे नाल गलबात शुरू करिए, उस तो पहला आपां आपस च फतेह दी सांझ बुलाने आ जी। वाहिगुरू जी का खालसा, वाहिगुरू जी। जसवीर जी, आपां तुहाडे नाल बीबी मनजीत कौर जी दे कम्मकारां दी गल करिए, उस तो पहला आपां गल करदे आ कल दी ताज़ा खबर दी, ब्रेकिंग न्यूज़ जो तड़ातड़ इस वक्त पंजाब ही नहीं अदर कंट्रियां विच भी फैल रही है, क्योंकि 2022 दे चोणां दे विच जो आम आदमी पार्टी दी सरकार बनी सी तो सड़कां दे उत्ते सन्नाटा सी, पर आम आदमी पार्टी दे जो वलंटियर सी वोटर सपोर्टर सी उन्हां दी इक खुशी सी। पर कल जो संगरूर दे विच सरदार सिमरनजीत सिंह मान दी जित होई है, वह माहौल इदां दा होया पिया जिवें पंजाब दे विच कोई विआह रख्या वा होवे, ते अकाली कांग्रसी उन्हां विच वक्खरी खुशी नज़र आ रही है। ਇਹ ਖੁਸ਼ੀ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਕੀ ਮਹਿਸੂਸ ਕਰਦੇ ਹੋ, ਕਿਉਂਕਿ ਤੁਸੀਂ ਵੀ ਬਤੌਰ ਅਕਾਲੀ ਆਪਣੇ ਪਿੰਡ ਦੀ ਸੇਵਾ ਨਿਭਾਈ ਹੈ? ਦੇਖੋ ਜੀ, ਸਿਮਰਨਜੀਤ ਸਿੰਘ ਮਾਨ ਦੀਆਂ ਸੇਵਾਵਾਂ ਬਾਰੇ ਆਪਾਂ ਸਾਰਾ ਹੀ ਦੁਨੀਆ ਹੀ ਜਾਣਦੀ ਆ। ਉਹਨਾਂ ਨੇ ਇੱਕ ਕੁਰਬਾਨੀ ਕੀਤੀ ਆ ਆਪਣੇ ਅਹੁਦੇ ਨੂੰ ਠੁਕਰਾ ਕੇ, ਸਿੱਖ ਧਰਮ ਦੀ ਖਾਤਰ ਇਸ ਤਰ੍ਹਾਂ ਉਹਨਾਂ ਨੇ ਲੜਾਈ ਲੜੀ ਆ। ਸਰਕਾਰਾਂ ਨੇ ਉਹਨਾਂ ਦੇ ਖਿਲਾਫ਼ ਬਹੁਤ ਜ਼ਬਰ ਜ਼ੁਲਮ ਕੀਤੇ, ਪਰ ਉਹ ਸਿੱਖੀ ਤੋਂ ਪਿੱਛੇ ਨਹੀਂ ਹਟੇ, ਹਰ ਜਗ੍ਹਾ ਆਪਣੀ ਹਿੱਕ ਤਾਣ ਕੇ ਖੜ੍ਹਦੇ ਰਹੇ ਆ। ਉਸ ਕਰਕੇ ਕੱਲ੍ਹ ਜਦੋਂ ਉਹਨਾਂ ਦੀ ਜਿੱਤ ਅਸੀਂ ਸੁਣੀ ਆ, ਸਾਡੇ ਮਨ ਨੂੰ ਹੱਦ ਤੋਂ ਜ਼ਿਆਦਾ ਖੁਸ਼ੀ ਹੋਈ ਹੈ। ਬਈ ਅਸੀਂ ਜਿੱਤੇ ਹਾਂ, ਇੱਕ ਸੱਚ ਜਿੱਤਿਆ, ਇਹ ਬਹੁਤ ਹੀ ਵਧੀਆ ਗੱਲ ਹੈ। ਔਰ ਦੂਜੀ ਗੱਲ ਇਹ ਹੈ ਵੀ ਜਿਵੇਂ ਭਗਵੰਤ ਮਾਨ ਜੀ ਵੀ ਬੜੀਆਂ ਡਿੰਗਾਂ ਮਾਰਦੇ ਸੀਗੇ ਕਿ ਜਦੋਂ ਆਪ ਦੀ ਸਰਕਾਰ ਬਣੂਗੀ ਤਾਂ ਤੁਹਾਡੇ 'ਤੇ ਪਾਣੀ ਦੀਆਂ ਵਿਛਾੜਾਂ ਨਹੀਂ ਪੈਣਗੀਆਂ ਜਾਂ ਤੁਹਾਡੇ ਬੜੇ ਵਧੀਆ ਕੰਮ ਹੋਣਗੇ, ਤੁਸੀਂ ਬੜੀ ਖੁਸ਼ੀ ਮਹਿਸੂਸ ਕਰੋਗੇ ਕਿਉਂਕਿ ਤੁਹਾਡੀ ਆਪਣੀ ਸਰਕਾਰ ਆਊ। ਹੁਣ ਮਾਨ ਜੀ ਬਾਰੇ ਵੀ ਮੈਂ ਇੱਕ ਗੱਲ ਕਹਿ ਦੇਣੀ ਚਾਹੁੰਦਾ, ਸਾਡੇ ਪਿੰਡ ਦੇ ਵਿੱਚ ਜਿਹੜਾ ਦਿੱਲੀ ਕਟੜਾ ਹਾਈਵੇ ਲੰਘ ਰਿਹਾ ਜੀ, ਉਹਦੇ 'ਤੇ ਸਾਡੀਆਂ ਜ਼ਮੀਨਾਂ ਤੱਕ ਜਬਰੀ ਉਹ ਅਕੁਆਇਰ ਕਰਨ ਨੂੰ ਕਹਿੰਦੇ ਆ, ਸਾਨੂੰ ਰੇਟ ਉਹਦਾ ਸਹੀ ਦੇ ਨਹੀਂ ਰਹੇ। ਇੱਕ ਜਗ੍ਹਾ ਤਾਂ 1 ਕਰੋੜ ਤੋਂ ਉੱਪਰ ਰੇਟ ਦੇ ਰਹੇ ਆ, ਸਾਨੂੰ ਉਹ 50 ਕੁ ਲੱਖ 'ਤੇ ਨਿਪਟਾਉਣਾ ਚਾਹੁੰਦੇ ਆ। ਔਰ ਦੂਜੀ ਗੱਲ ਇਹ ਹੈ ਕਿ ਸਾਨੂੰ ਜ਼ਮੀਨ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਸਾਨੂੰ ਦੱਸਿਆ ਵੀ ਨਹੀਂ ਲਿਆ ਕਿ ਸਾਡੇ ਜ਼ਮੀਨਾਂ ਦੇ ਵਿੱਚ ਬਲਡੋਜ਼ਰ ਵਾੜ 'ਤੇ ਸਾਡੀ ਲੱਗੀ ਹੋਈ ਜੀਰੀ ਮੱਕੀ ਵਗੈਰਾ ਉਹ ਸਾਰਾ ਕੁਝ ਤਬਾਹ ਕਰਨ ਲੱਗ ਗਏ। ਸਾਡੇ ਮਨ ਦੇ ਵਿੱਚ ਰੋਸ ਆ, ਔਰ ਲੋਕਾਂ ਨੇ ਉਹਨਾਂ ਦੀਆਂ ਇਹ ਨੀਤੀਆਂ ਦਾ ਸੰਗਰੂਰ ਵਾਲਿਆਂ ਨੇ ਜਵਾਬ ਦੇਤਾ। ਜਦੋਂ ਇਦੋਂ ਅਗਲਾ ਸਮਾਂ ਆਊ ਬਾਕੀ ਜਗ੍ਹਾ ਵੀ ਉਹਨਾਂ ਨੂੰ ਜਵਾਬ ਦੇਣਗੇ ਇਸ ਗੱਲ ਦਾ, ਜੇ ਇਮਾਨਦਾਰੀ ਨਾਲ ਉਹ ਕੰਮ ਕਰਨਗੇ। ਔਰ ਦੂਜੀ ਗੱਲ ਇਹ ਵੀ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਹੋਰ ਵੀ ਗੱਲ ਹੈ ਕਿ ਭਗਵੰਤ ਮਾਨ ਜੀ ਬਾਰੇ ਦੇ ਦਿਲ ਦੇ ਵਿੱਚ ਪੰਜਾਬ ਬਾਰੇ ਪਿਆਰ ਹੈ, ਪਰ ਉਹਨਾਂ ਦਾ ਪਿਆਰ ਕੇਜਰੀਵਾਲ ਸਾਹਿਬ ਨਹੀਂ ਚੱਲਣ ਦੇ ਰਹੇ। ਜਿਸ ਤਰ੍ਹਾਂ ਕਿ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਆ, ਉਹ ਕੋਈ ਵੀ ਭਗਵੰਤ ਮਾਨ ਦੀ ਮਰਜ਼ੀ ਨਾਲ ਨਹੀਂ ਗਿਆ, ਕੇਜਰੀਵਾਲ ਸਾਹਿਬ ਦੀ ਮਰਜ਼ੀ ਨਾਲ ਹੀ ਗਿਆ। ਹਰ ਬੰਦੇ ਨੂੰ ਪਤਾ ਹੈ ਕਿ ਭਗਵੰਤ ਮਾਨ ਮੂੰਹ ਨਾਲ ਬੋਲ ਕੇ ਦੱਸਣ ਜਾਂ ਨਾ, ਜੋ ਭਗਵੰਤ ਮਾਨ ਸਾਹਿਬ ਚਾਹੁੰਦੇ ਸੀ ਉਹ ਨਹੀਂ ਹੋਇਆ। ਉਸ ਕਰਕੇ ਜੋ ਵੋਟ ਪਈ ਹੈ ਪਿਛਲੀ ਵਾਰੀ, ਉਹ ਭਗਵੰਤ ਮਾਨ ਜੋ ਸੰਸਦ ਦੇ ਵਿੱਚ ਜਾ ਕੇ ਗੂੰਜਦੇ ਸੀ, ਪੰਜਾਬ ਦੀ ਗੱਲ ਕਰਦੇ ਸੀ, ਉਹ ਵੋਟ ਭਗਵੰਤ ਮਾਨ ਨੂੰ ਪਈ ਹੈ, ਨਾ ਕਿ ਕੇਜਰੀਵਾਲ ਨੂੰ। ਪਰ ਕੇਜਰੀਵਾਲ ਨੂੰ ਇਹ ਕਾਫ਼ੀ ਵੱਡਾ ਭੁਲੇਖਾ ਕਿ ਵੋਟ ਮੇਰੇ ਪਿੱਛੇ ਪਈ ਹੈ। ਹੁਣ ਉਹ ਭੁਲੇਖਾ ਸੰਗਰੂਰ ਦੇ ਵਿੱਚ ਦੂਰ ਕਰਤਾ ਕਿ ਜੇ ਤੁਸੀਂ ਆਪਣੀਆਂ ਨੀਤਾਂ ਚਲਾਓਗੇ ਤਾਂ ਤੁਹਾਨੂੰ ਇਹ ਜਵਾਬ ਮਿਲੇਗਾ, ਜੇ ਜੋ ਭਗਵੰਤ ਮਾਨ ਸਾਹਿਬ ਗੱਲ ਕਰਦੇ ਸੀ ਉਹਦੇ ਮੁਤਾਬਕ ਜੇ ਤੁਸੀਂ ਚੱਲੋਗੇ ਤਾਂ ਤੁਹਾਨੂੰ ਲੋਕ ਉਸ ਤਰ੍ਹਾਂ ਦਾ ਪਿਆਰ ਵੀ ਦੇ ਸਕਦੇ ਆ। ਗੱਲ ਕਰੀਏ ਆਪਾਂ ਕੇਸਰੀ ਝੰਡੇ ਦੀ, ਜਦੋਂ ਦਿੱਲੀ ਦੇ ਵਿੱਚ ਲਾਲ ਕਿਲੇ 'ਤੇ ਕੇਸਰੀ ਝੰਡਾ ਲਹਿਰਾਇਆ ਗਿਆ ਸੀ ਤਾਂ ਲੋਕਾਂ ਨੇ ਸਾਡੇ ਕੇਸਰੀ ਝੰਡੇ ਨੂੰ ਨਾਮ ਦਿੱਤਾ ਸੀ ਖਾਲਿਸਤਾਨੀ ਝੰਡਾ, ਪਰ ਅੱਜ ਜੇਕਰ ਦੇਖਿਆ ਜਾਵੇ ਤਾਂ ਸੰਗਰੂਰ ਦੇ ਵਿੱਚ ਕੇਸਰੀ ਕੇਸਰੀ ਹੋਇਆ ਪਿਆ, ਅਤੇ ਅੱਜ ਕੇਸਰੀ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਉਹ ਦੇਖੋ ਕੇਸਰੀ ਨਿਸ਼ਾਨ ਤਾਂ ਸਦਾ ਹੀ ਇਹਦੀ ਚੜ੍ਹਦੀ ਕਲਾ, ਜਦੋਂ ਫੌਜ ਕਿਸੇ ਪਾਸੇ ਲੜਨ ਜਾਂਦੀ ਆ ਉਦੋਂ ਤਾਂ ਉਹ ਕੇਸਰੀ ਝੰਡਾ ਮੂਹਰੇ ਲਾ ਕੇ ਸਿੱਖ ਰੈਜੀਮੈਂਟ ਨੂੰ ਮੂਹਰੇ ਕਰਦੀ ਆ, ਕਿਉਂਕਿ ਕੁਰਬਾਨੀ ਦਾ ਜਜ਼ਬਾ ਸਿੱਖ ਧਰਮ ਦੇ ਵਿੱਚ ਆ। ਉਦੋਂ ਤਾਂ ਉਹਨਾਂ ਨੂੰ ਕੇਸਰੀ ਝੰਡਾ ਵਧੀਆ ਲੱਗਦਾ, ਜੇ ਕਿਤੇ ਲਾਲ ਕਿਲੇ 'ਤੇ ਚੜ੍ਹ ਗਿਆ ਤਾਂ ਉਹ ਕਹਿੰਦੇ ਤਿਰੰਗੇ ਦਾ ਅਪਮਾਨ ਕਰਤਾ। ਉਹਦਾ ਅਪਮਾਨ ਤਾਂ ਤਿਰੰਗੇ ਦਾ ਕੀਤਾ ਨੀਗਾ, ਕੇਸਰੀ ਝੰਡਾ ਚੜ੍ਹਾਇਆ ਜ਼ਰੂਰ ਸੀ, ਔਰ ਉਹ ਵੀ ਕਿਸੇ
योजना तहत ही वो सारा कुछ करवाया गया, जबकि किसान जथेबंदियां नहीं सी करना चाहुंदियां। ये भी सरकारां दे ही काम सी, ये किसान जथेबंदियां नूं कुट्टण दी नीयत नाल ये सारा कुछ करवाया गया। पर यह सिर्फ ज सिख धर्म नूं जदों वरतना हुंदा उदों तां इहदे सोले गाउंदे आ कि बड़े सूरवीर ने, बड़े बहादुर ने। जदों इन्हां दी कुर्सी नूं खतरा लगदा फिर ये अतवादी बखवादी बन जांदे आ। बहुत वधिया विचार दिता तुसी कि जदों भी पंजाबी वीर दान करते ने या इन्हां दी जरूरत पैंदी है उदों तां ही दानी सज्जन ने ते योधे ने, पर जदों ही पंजाब अपने हक की गल करदा है तां इह अतवादी है। जसवीर जी, जेकर देखा जाए जिस तरह स्वर्गवासी सरदार शुभदीप सिंह मूसेवाला जी अज साडे विच नहीं है, पर उन्होंने जो SYL सोंग आया उस सोंग ने सानू एक एक गल समझा दी कि पंजाब दे नाल की वापरदा या की वापर सकदा या, और सरकार नूं इस गीत तो इन्ना डर होया कि इस गीत नूं सोशल मीडिया तो उड़ा दिता गया। इस दे बारे आपां की कहना चाहते हैं? नहीं, सरकारां नूं इही है जी, जदों तां किसे पासे वरतना हुंदा उदों तां कहिंदे आ बड़े वधिया ने सिख, जदों उह सिखां दे हक खोहण वाली कोई गल करदे आ, उह जदों सिख उहनूं जाहर करदे आ वी आह सातों क्यों खोहिया जा रिहा, तां इहनां नूं उही सिख अतवादी वखवादी लगण लग जांदा कि इहनां नूं छेती खतम कर दो, इह तां देश दा नुकसान करनगे। जदों उहनां दे सामने वैरी ललकारदा हुंदा उदों उह कहिंदे आ वी इहदा जवाब सिर्फ सिख ही दे सकदे आ, फिर उहनां नूं पग दिसण लग जांदी आ, केस दिसण लग जांदे आ। देखिया जाए जिस तरह हुण कल दी जो जित हुई है, जिस समय खबरां चलदियां सी सैटेलाइट चैनल दे विच सिर्फ तीन धिरां दिखाईयां जांदियां सी, अकाली, कांग्रेसी ते आम आदमी पार्टी, वे इन्हां तिन्हां विच कंपीटीशन है, ते जिहड़ी धिर ने उहनां दी ने कल जित लई है उहदा फेस भी नहीं सी दिखाया जांदा। अज देखिया जाए तां तिन्नों किते नज़र नहीं आ रहे, पर उहनां विचों दो धिरां इहो जिहियां ने जिन्हां दे विच खुशी दी लहर है। ते सरदार सिमरनजीत सिंह मान जी, तो तुहानू की उम्मीद लगदी है कि संगरूर दे नाल नाल पंजाब विच भी केसरी केसरी हो जाएगा? हो सकता जी, ये कोई वड्डी गल नहीं, क्योंकि वह बहुत एक मान साहब इमानदार शख्सियत ने, पहला भी उन्होंने बिंगे टेढ़े ढंग नाल ही बदनाम किया गया, बड़ी वड्डी बहुमत नाल जिते सीगे, फिर भी उन्होंने उत्थों कृपान जा लैके जाण तों रोकण दी भी कोई वजह सी जिहदे बारे आपां ज़्यादा गल नहीं करनी चाहुंदे, पर उन्हां दी सच्चाई आ वो कुछ नहीं सी करना चाहते, जो कुछ करके वो उत्थे जा सकते सीगे, उन्होंने अपने जिहड़े चहेते सीगे जिन्होंने उन्होंने कुर्सी पर बिठाया सी उन्हों का घाण करवाना चाहते सीगे, इस करके कृपान तो रोकिया सी, पर उन्होंने अपने जिहड़े बेनीफिट दिता जिहड़े नौजवानों ने उन्हों का घाण नहीं किया, अपनी कुर्सी श्रेणी मंजूर कर ली, पर उहदे च उन्हां दी बदनामी इन्नी हो गई कि वह बेचारे आपकी जायदाद वेच वेच के चोणां लड़दे रहे आ, पर विरोधियों ने इन्ने बदनाम करते कि इन्हां नूं कुर्सी दित्ती सी इन्हां ने तुहाडा की कीता, वो करना चाहते थे पर उन्होंने मौका नहीं दिता दुश्मनों ने। तुसी गल कीती है कृपान दी, ते संगरूर दी इलैक्शन दे समय दे दौरान अपने मुख्यमंत्री सरदार भगवान सिंह मान जी ने भी सरदार सिमरनजीत सिंह मान जी दी कृपान दे उते है ना टौंट कसे ने कि साडे मुख्यमंत्री नूं इह शोभदा सी। ये बहुत ही माड़ी गल आई, देखो वो जे होर किसी की गल ना मने घट्टो घट अपनी माता का तो देख लवे भी उन्होंने संस्कार की ने, उन्होंने मुताबिक उन्होंने सोच समझ के बोलना चाहिए सी, बाकी वो सीएम दे अहुदे ते ने वड्डे ने, ज़्यादा कुछ उन्होंने बारे आप नहीं कह सकते। पंजाब दे विच जदों अहुदियां दी गल आती है तो किते ना किते जाके लोगों नूं सोच के बोलना पैंदा आ, पर जदों ककार की गल आती है तो इस मुद्दे के उत्ते सिटी लाइव चैनल एक गल जरूर कहेगा, क्योंकि ककार साढ़े गुरु साहब की देन है जिन्हां दे सदका अज जेकर गल करिए साढ़े मुख्यमंत्री भगवान सिंह मान पंजाब दे मुख्यमंत्री बने ने, सो ककार नूं अपने सिर ते साजो, इसनूं नमस्कार करो, ना कि ककार दे उत्ते आपां सियासत रचिए। आओ आपां गलबात करदे सरदार जसवीर सिंह जी दे नाल उहनां दे पिंड कोट आगा के संबंध में। जसवीर जी, जदों कल सरदार मान जी की जित हुई तो उन्होंने अपने शब्दों के आख्या कि जिहड़ी जित है सरदार सिमरनजीत सिंह मान की जित नहीं है, ये जित है संत जरनैल सिंह भिंडरांवालिया की, और यह जित है उन तीन दीप जो बुझ गए ने जिन्हां की कुरबानी के सदका अज गल करिए सरदार सिमरनजीत सिंह मान जी नूं लोगों ने विचार समझे, दीप सिद्धू दे विचार समझे, साडे खिडारियों के विचार समझे, और गल करिए स्वर्गवासी मूसेवाला जी के विचार समझे, इन्होंने सारा क्रैडिट उन्होंने दिता, तुसी कित्थे देखदे हो? यह जी मान साहब बड़ी उच्ची शख्सियत ने, जो भी उन्होंने कहा असीं उन्हूं मनते हाँ भी कि हो सकता उन्हों का योगदान होवे, पर जित जिहड़ी होई आ उह सच की जित होई आ, अज जिहड़ा झूठ दे पलंदे वड्डे वड्डे बना के लोगों को गुमराह कर सकते उन्होंने लोगों ने मुद्दे मूँह सुट्टिया।
आओ आप गलबात करते हैं सरदार जसवीर जी के नाल उन्होंने पिंड कोटागा दे विच बीबी मनजीत कौर जी के कार्यकाल की आप गल करते हैं मौजूदा सरकार तो पिछले पंचायत के समय की जिस समय बीबी मनजीत कौर जी बतौर सरपंच अपने पिंड की भूमिका निभा रहे थे साढ़े दर्शकों को यह चानना पाओ कि बीबी जी ने अपने पिंड के किहड़े किहड़े काम किए। सब तो पहला तो जी साढ़े मन के विच सीगा कि वह काल पुरख ने सानू शक्ति बख्शी है नगर की सेवा करन दी। असी यह सोचा सी भी नगर की सेवा पैसे नाल ही हो सकती है, वह पैसा किवें आ सकता। साढ़े पिंड की जिहड़ी पंचायत की जमीन सी उहदे सिर्फ ट्यूबवैल लग्या सीगा, मोटर नहीं सी लग्या। मैं शिवालक साहब नूं कह के बहुत जोर पवा के उन्होंने भी 6 महीने के अंदर अंदर ही साढ़े मोटर का कनैक्शन मंजूर करता, असी उत्थे मोटर लाती। जिहड़ा 80,000 रुपये 5 किले साढ़े ठेके ते जांदे सीगे ਉਹ 2-2.5 ਲੱਖ ਰੁਪਈਏ ਨੂੰ ਜਾਣ ਲੱਗੇ, ਜਿਹਦੇ ਨਾਲ ਸਾਡਾ ਪਿੰਡ ਦਾ ਵਧੀਆ ਵਿਕਾਸ ਹੋਇਆ। ਸਾਰੇ ਪਿੰਡ ਦੇ ਵਿੱਚ ਸ਼ਿਵਾਲਕ ਸਾਹਿਬ ਨੇ ਵੀ ਸਾਨੂੰ ਵਧੀਆ ਗੱਫੇ ਦਿੱਤੇ ਆ ਅਤੇ ਇੰਟਰਲੋਕ ਟਾਇਲ ਸਾਰੇ ਪਿੰਡ ਦੇ ਵਿੱਚ ਲੱਗੀ ਆ। ਗਲੀਆਂ ਨਾਲੀਆਂ ਦਾ ਜਿਹੜਾ ਕੰਮ ਸੀ ਉਹ ਵੀ ਸਾਰਾ ਕਲੀਅਰ ਕਰਵਾਇਆ, ਛੱਪੜ ਦੀ ਸਫਾਈ ਕਰਵਾਈ, ਯਾਨੀ ਜੋ ਵੀ ਅਸੀਂ ਸ਼ਿਵਾਲਕ ਸਾਹਿਬ ਤੋਂ ਮੰਗਿਆ ਉਹਨਾਂ ਨੇ ਦਿੱਤਾ, ਉਹਨਾਂ ਨੇ ਕਦੇ ਪਿੱਠ ਨਹੀਂ ਦਿਖਾਈ ਸਾਨੂੰ। ਜੇਕਰ ਗੱਲ ਕਰੀਏ ਪਿੰਡ ਦੀ ਗਲੀਆਂ ਨਾਲੀਆਂ ਦੀ ਤਾਂ ਮੌਜੂਦਾ ਪੰਚਾਇਤ ਪਿੰਡ ਦੀਆਂ ਹੁਣ ਗਲੀਆਂ ਪਟਵਾ ਕੇ ਅਤੇ ਸੀਵਰੇਜ ਪਵਾ ਰਹੀ ਹੈ, ਕੀ ਇਹ ਸੀਵਰੇਜ ਦੀ ਪਲੈਨਿੰਗ ਤੁਹਾਡੇ ਦਿਮਾਗ ਵਿੱਚ ਨਹੀਂ ਸੀ ਆਈ ਕਿਉਂਕਿ ਤੁਹਾਡੇ ਰਹਾਣੀਆਂ ਰਾਹੀਂ ਬਣੀਆਂ ਹੋਈਆਂ ਗਲੀਆਂ ਜਿਹੜੀਆਂ ਨੇ ਹੁਣ ਦੁਬਾਰਾ ਪੁੱਟੀਆਂ ਜਾ ਰਹੀਆਂ ਨੇ, ਇਹ ਗਲੀਆਂ ਤੱਕ ਜਿਹੜੇ ਵਿਕਾਸ ਕੰਮ ਨੇ ਕਦੇ ਪੁੱਟ ਹੁੰਦੀਆਂ ਕਦੇ ਬਣਾ ਹੁੰਦੀਆਂ ਕਦੋਂ ਤੱਕ ਸੀਮਿਤ ਰਹਿਣਗੇ? ਨਹੀਂ, ਇਹ ਐਂ ਸੀਗਾ ਜੀ ਜਿਹੜਾ ਸੀਵਰੇਜ ਦਾ ਬਜਟ ਆ ਇਹ ਕਾਫੀ ਵੱਡਾ, ਉਦੋਂ ਇੰਨੇ ਪੈਸੇ ਨਹੀਂ ਸੀ ਆ ਸਕਦੇ। ਉਦੋਂ ਜੋ ਕੰਮ ਹੋ ਸਕਦਾ ਸੀ ਜਿਸ ਤਰ੍ਹਾਂ ਕਿ ਗਲੀਆਂ ਨਾਲੀਆਂ ਦੀ ਹਾਲਤ ਮਾੜੀ ਸੀਗੀ ਉਹ ਅਸੀਂ ਸੁਧਾਰਤੀ, ਉਦੋਂ ਬਾਅਦ 'ਚ ਹੁਣ ਇੰਟਰਲੋਕ ਆ ਉਹ ਜੇ ਪੱਟ ਕੇ ਉੱਥੇ ਦੁਬਾਰਾ ਅਸੀਂ ਸੀਵਰੇਜ ਵੀ ਪਾਉਂਦੇ ਹਾਂ ਤਾਂ ਕੋਈ ਬੜਾ ਨੁਕਸਾਨ ਵਾਲੀ ਗੱਲ ਨਹੀਂ ਹੈ। ਸੀਵਰੇਜ ਦੀ ਮੇਰੇ ਛੋਟੇ ਵੀਰ ਗੁਰਦੀਪ ਸਿੰਘ ਸਰਪੰਚ ਬਣੇ ਆ ਅਤੇ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਆਪਾਂ ਸੀਵਰੇਜ ਪਾ ਦਈਏ, ਔਰ ਇਹ ਬਹੁਤ ਹੀ ਵਧੀਆ ਉਪਰਾਲਾ, ਉਹਨਾਂ ਦੀ ਵੀ ਬਹੁਤ ਹੀ ਵਧੀਆ ਉੱਚੀ ਸੋਚ ਆ। ਮੈਂ ਕਦਰ ਕਰਦਾ ਹਰ ਪਾਸੇ ਉਹਨਾਂ ਦੀ, ਵਧੀਆ ਉਹਨਾਂ ਨੇ ਰਾਏ ਦਿੱਤੀ ਆ ਜੋ ਵੀ ਕੰਮ ਕਰਨ ਦੀ ਦਿੱਤੀ ਆ, ਔਰ ਮੈਂ ਉਹਨਾਂ ਨੂੰ ਸਹਿਯੋਗ ਦੇ ਰਿਹਾ। ਤੁਹਾਡਾ ਜਿਹੜਾ ਪਿੰਡ ਹੈ ਕੋਟਾਗਾ ਇਹਦੀਆਂ ਕੁੱਲ ਵੋਟਾਂ ਦੱਸੀਆਂ ਤੁਹਾਡੇ ਮੌਜੂਦਾ ਸਰਪੰਚ ਨੇ ਜਾਣਕਾਰੀ ਦਿੱਤੀ ਉਹਨਾਂ ਦੇ ਹਸਬੈਂਡ ਨੇ ਕਿ ਕਰੀਬ 200 ਵੋਟ ਹੈ, ਮਤਲਬ ਛੋਟਾ ਜਿਹਾ ਪਿੰਡ ਹੈ। ਪਰ ਜਦੋਂ ਆਪਾਂ ਪਿੰਡ ਤੋਂ ਤੁਹਾਡੇ ਘਰ ਨੂੰ ਆਉਂਦੇ ਹਾਂ ਤੁਹਾਡੇ ਘਰ ਤੋਂ ਅੱਗੇ ਕਿਉਂਕਿ ਇੱਕੋ ਲਾਈਨ ਵਿੱਚ ਹੈ ਤੁਹਾਡੇ ਦੋਨਾਂ ਦੇ ਦੋਨੋਂ ਪਰਿਵਾਰਾਂ ਦੀ ਰਹਿਸ਼, ਤੁਹਾਡੇ ਘਰ ਤੋਂ ਜਦੋਂ ਆਪਾਂ ਮੌਜੂਦਾ ਸਰਪੰਚ ਦੇ ਘਰ ਜਾਂਦੇ ਹਾਂ ਤਾਂ ਤੁਹਾਡੀ ਹੀ ਗਲੀ ਦੇ ਜਿਹੜੇ ਹਾਲਾਤ ਨੇ ਇਹ ਬਹੁਤ ਬੁਰੇ ਨੇ। ਮੌਜੂਦਾ ਸਰਪੰਚ ਦੀ ਦਿਹਲੀ ਵੀ ਨਹੀਂ ਸੰਵਰੀ ਹੋਈ ਅਤੇ ਸਾਬਕਾ ਸਰਪੰਚ ਦੀ ਦਿਹਲੀ ਵੀ ਨਹੀਂ ਸੰਵਰੀ ਹੋਈ, ਜਦੋਂ ਸਰਪੰਚਾਂ ਦੀ ਆਪਣੀਆਂ ਦਿਹਲੀਆਂ ਨਹੀਂ ਸੰਵਰੀਆਂ ਹੋਈਆਂ ਫਿਰ ਉਹ ਪਿੰਡ ਨੂੰ ਕਿਸ ਤਰ੍ਹਾਂ ਸਵਾਰ ਰਹੇ ਨੇ? ਸਾਡੇ ਤੱਕ ਤਾਂ ਸਾਰੀ ਇੰਟਰਲੋਕ ਲੱਗ ਕੇ ਤਿਆਰ ਹੋਈ ਵੀ ਆ ਜੀ, ਉਹ ਤੋਂ ਅੱਗੇ ਕੰਮ ਚੱਲ ਰਿਹਾ ਸੀ ਜਦ ਨੂੰ ਇਲੈਕਸ਼ਨ ਆ ਗਈ ਤਾਂ ਕੰਮ ਰੁਕ ਗਿਆ, ਉਹਦੇ ਕਰਕੇ ਹੁਣ ਹਜੇ ਪੰਚਾਇਤ ਦੇ ਕੰਮ ਕੁਛ ਰੁਕੇ ਹੋਏ ਆ। ਜਦੋਂ ਇਹ ਸਾਨੂੰ ਮੌਕਾ ਮਿਲਿਆ ਤਾਂ ਇਹ ਪਾਸੇ ਨੂੰ ਅਸੀਂ ਪੂਰਾ ਚਮਕਾ ਦਾਂਗੇ, ਇਹ ਸਿਰਫ ਇਹ ਪਾਸਾ ਹੀ ਨਹੀਂ ਪੂਰੇ ਪਿੰਡ ਨੂੰ ਚਮਕਾਵਾਂਗੇ। ਹੁਣ ਜਿਸ ਤਰ੍ਹਾਂ ਕਿ ਰੋਡ ਦੇ ਵੀ ਸਾਨੂੰ ਪੈਸੇ ਮਿਲ ਰਹੇ ਆ, ਉਹ ਪੈਸੇ ਮਿਲ ਕੇ ਪਿੰਡ ਦੀ ਅਸੀਂ ਨਹਾਰ ਬਦਲਾਂਗੇ ਦੋਨੇ ਭਰਾ ਰਲ ਕੇ। ਪਰ ਤੁਹਾਡੇ ਪਿੰਡ ਦੇ ਵਿੱਚ ਤੁਹਾਡੀ ਵਿਰੋਧੀ ਧਿਰ ਦਾ ਕਹਿਣਾ ਇਹ ਹੈ ਕਿ ਇਹ ਗਲੀ ਤਾਂ ਨਹੀਂ ਬਣ ਰਹੀ ਕਿਉਂਕਿ ਇੱਥੇ ਆਮ ਆਦਮੀ ਪਾਰਟੀ ਦੇ ਸਪੋਰਟਰ ਰਹਿੰਦੇ ਨੇ। ਨਹੀਂ ਦੇਖੋ ਜੀ, ਕਿਸੇ ਸਾਈਡ ਤੋਂ ਕੰਮ ਸ਼ੁਰੂ ਹੋਊਗਾ, ਜਿਸ ਤਰ੍ਹਾਂ ਕਿ ਸਾਡੇ ਪਾਸੇ ਸੀਵਰੇਜ ਪਿਆ ਅਸੀਂ ਬੜੇ ਖੁਸ਼ ਹਾਂ ਇੱਥੇ, ਕਿਉਂਕਿ ਸਾਡੇ ਪਾਸਿਓਂ ਅਸੀਂ ਇਹ ਚਾਹੁੰਦੇ ਹਾਂ ਵੀ ਗੰਦ ਚੱਕਿਆ ਗਿਆ। ਔਰ ਜਿਹੜੇ ਕਹਿੰਦੇ ਆ ਵੀ ਸਾਡੇ ਪਾਸੇ ਸੀਵਰੇਜ ਨਹੀਂ ਪਿਆ, ਉਹ ਕਹਿੰਦੇ ਆ ਵੀ ਸੀਵਰੇਜ ਪਾਇਆ ਇਹ ਸਹੀ ਨਹੀਂ ਪਿਆ, ਉਹਨਾਂ ਵਾਲੇ ਪਾਸੇ ਤਾਂ ਪਿਆ ਹੀ ਨਹੀਂ, ਜਿੱਧਰ ਪੈ ਗਿਆ ਉਹਨੂੰ ਮਾੜਾ ਕਹਿੰਦੇ ਆ। ਜੇ ਅਸੀਂ ਉੱਧਰਲੇ ਪਾਸੇ ਪਾਉਂਦੇ ਨਾ ਇਹ ਤਾਂ ਪੈਸੇ ਲਾਉਂਦੇ ਨਾ ਇਹ ਉਹਨਾਂ ਤੋਂ ਜੁੱਤੀਆਂ ਖਾਂਦੇ, ਉਹ ਕਹਿੰਦੇ ਵੀ ਆ ਵਧੀਆ ਨਹੀਂ ਕੀਤਾ ਇਹ ਤਾਂ ਕੰਮ। ਸਾਡੇ ਪਾਸੇ ਵਾਲੇ ਕਿਸੇ ਵੀ ਪਾਸੇ ਤੋਂ ਪੁੱਛ ਲਓ ਸਾਰਾ ਪਾਸਾ ਸੰਤੁਸ਼ਟ ਆ ਵੀ ਬਹੁਤ ਵਧੀਆ ਕੰਮ ਕੀਤਾ ਸਰਪੰਚ ਨੇ, ਔਰ ਉੱਧਰ ਵੀ ਕਰਾਂਗੇ। ਉੱਧਰ ਇੱਕ ਦੋ ਜਾਣ ਬੁੱਝ ਕੇ ਸਾਨੂੰ ਜ਼ਰੂਰ ਮਾੜਾ ਕਹਿ ਸਕਦੇ ਆ, ਪਰ ਸਾਨੂੰ ਮਾੜਾ ਕਹਿ ਨਹੀਂ ਸਕਦੇ। ਪਿੰਡ ਚਮਕਾਇਆ ਪਿਆ, 4 ਸਪੇਰੇ ਸੜਕ ਵਧੀਆ ਘੁਮਾਈ ਹੋਈ ਆ, ਸਾਰੇ ਪਿੰਡ ਦੇ ਵਿੱਚ ਇੰਟਰਲੋਕ ਟਾਇਲ ਲਾਈ ਹੋਈ ਆ। ਹਾਂ, ਕੰਮ ਵਿਚਾਲੇ ਰੁਕਿਆ ਕਰਕੇ ਕਿਉਂਕਿ ਕੁਛ ਇੱਟਾਂ ਪੱਟਤੀਆਂ ਸੀ ਉਹਦੇ ਕਰਕੇ ਦੇਖਣ ਨੂੰ ਜ਼ਰੂਰ ਲੱਗ ਰਿਹਾ ਵੀ ਹਾਂ ਇਹ ਥੋੜ੍ਹਾ ਜਿਹਾ ਗੰਦ ਪਿਆ ਹੋਇਆ, ਕਿਉਂਕਿ ਉਹ ਕੰਮ ਸਾਨੂੰ ਵਿਚਾਲੇ ਰੋਕਣਾ ਪੈ ਗਿਆ ਇਲੈਕਸ਼ਨ ਕਰਕੇ। ਜਸਵੀਰ ਜੀ, ਜਿਹੜੀ ਗੱਲਾਂ ਕਾਰਨ ਜਿਸ ਕਾਰਨ ਦੇ ਕਰਕੇ ਸਾਡਾ ਸਿਟੀ ਲਾਈਵ ਚੈਨਲ ਜਿਹੜਾ ਸਰਪੰਚ ਭਾਈਚਾਰੇ ਨੂੰ ਹੀ ਲੋਕਾਂ ਦੇ ਸਾਹਮਣੇ ਜ਼ਿਆਦਾ ਲੈ ਕੇ ਆਉਂਦਾ, ਅੱਜ ਤੁਸੀਂ ਉਹ ਸ਼ਬਦ ਵਰਤੇ, ਤੁਸੀਂ ਕਿਹਾ ਕਿ ਕੰਮ ਕਰਦੇ ਵੀ ਆ ਫਿਰ ਵੀ ਸਾਨੂੰ ਜੁੱਤੀਆਂ ਪੈਂਦੀਆਂ ਨੇ, ਹੈ ਨਾ? ਇਹ ਸ਼ਬਦ ਕਹਿਣਾ ਬਹੁਤ ਆਸਾਨ ਹੈ ਪਰ ਕੈਮਰੇ ਦੇ ਸਾਹਮਣੇ ਇਸ ਸ਼ਬਦ ਨੂੰ ਲੈ ਕੇ ਆਉਣਾ ਬਹੁਤ ਔਖਾ ਹੁੰਦਾ ਆ, ਕਿਉਂਕਿ ਇਹ ਗੱਲਾਂ ਉਹੀ ਕਹਿ ਸਕਦਾ ਆ ਜਿਹਨੇ ਮਿਹਨਤ ਵੀ ਕੀਤੀ ਹੋਵੇ ਅਤੇ ਜਿਹਦੀ ਮਿਹਨਤ ਦਾ ਮੁੱਲ ਵੀ ਨਾ ਪਿਆ ਹੋਵੇ। ਅਤੇ ਅੱਜ ਸਾਡੇ ਦਰਸ਼ਕ ਸਮਝ ਗਏ ਹੋਣਗੇ ਕਿ ਕਿਉਂ ਸਿਟੀ ਲਾਈਵ ਚੈਨਲ ਹਮੇਸ਼ਾ ਹੀ ਸਾਬਕਾ ਸਰਪੰਚ ਅਤੇ ਮੌਜੂਦਾ ਸਰਪੰਚਾਂ ਨੂੰ ਦਿਖਾਉਂਦਾ, ਕਿਉਂਕਿ ਸਰਪੰਚੀ ਲੈਣੀ ਬਹੁਤ ਆਸਾਨ ਹੈ ਪਰ ਕਰਨ ਵੇਲੇ ਪਤਾ ਲੱਗਦਾ। ਹੁਣ ਤੁਸੀਂ ਜਿਹੜਾ ਖੁੱਲ੍ਹ ਕੇ ਚਾਨਣਾ ਪਾਓ ਕਿ ਜਦੋਂ ਇੱਕ ਪਿੰਡ ਦਾ ਮੋਹਤਬਰ ਸਰਪੰਚ ਬਣਦਾ ਤਾਂ ਸਰਪੰਚੀ ਤਾਂ ਉਹ ਲੈ ਲੈਂਦਾ,
पर वो पांच साल दे कार्यकाल दे दौरान उहदा जिहड़ा जीवन पद्धर है वह किहो जिहा हो जांदा है ते लोकां दे विचार की हुंदे ने पहला जो सरपंच बनदा है ते जो वह सरपंची दे कार्यकाल दे अंत विच पहुंच जांदा है। वो देखो जी हर एक बंदे दे मन दे विच हुंदा है वी जो भी मैं कम करा तो लोग ये सोचण वी हाँ फलाना बंदा मूहरे आया सी उहने आह कम कीता वो दिलों ला के अपने आप नूं कोई भी माड़ा नहीं खवाउंदा हुंदा पर कुछ शख्सियतां अजिहां हुंदियां उन्हां नूं जिहड़ी उन्हां दी चढ़दी कला हुंदी आ वो बर्दाश्त नहीं हुंदी वो किसी ना किसी विंगे टेढ़े ढंग नाल उहनूं खराब करदे आ जिस तरह के नाली हुण साडे पता एक साइड ते सीवरेज पै गया जे नाली आ तां उह कोशिश करनगे इहदे विच मिट्टी सुट के पानी सड़क ते चढ़े असीं दिखाईए वी सरपंच ने देखो आ नाली बनाई आ जदों कि कसूर उन्हां दा हुंदा हुण सरपंच हर रोज़ उहदे च नाली साफ़ नहीं करन जांदा वो लेबर नूं ला सकदा एक बार वो साफ़ कर लूँ उदों बाद जिहड़े पिंड दे लोक ने उन्हां दा वी फर्ज बणदा वी उहनूं साफ़ रखण ਇਹ ਇੱਕ ਖਾਮ ਖਾ ਦੇਖੋ ਜਿਹੜੇ ਵਿਰੋਧੀ ਹੁੰਦੇ ਆ ਨਾ ਉਹ ਇੱਕ ਚੜ੍ਹਦੀ ਕਲਾ ਨਹੀਂ ਚੜ ਸਕਦੇ ਉਹਨਾਂ ਦਾ ਫਰਜ਼ ਹੀ ਬਣਦਾ ਉਹ ਅਕਾਲ ਪੁਰਖ ਨੇ ਉਹਨਾਂ ਨੂੰ ਮਾੜੇ ਕਹਿਣ ਦੀ ਸਮਰੱਥਾ ਬਖਸ਼ੀ ਹੋਈ ਆ ਪਰ ਅਸੀਂ ਕਹਿੰਦੇ ਹਾਂ ਵੀ ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਉਹ ਵੀ ਚੰਗੇ ਕੰਮ ਕਰਨ ਅਤੇ ਅਸੀਂ ਵੀ ਚੰਗੇ ਕੰਮ ਕਰੀਏ ਇਹ ਆਪਾਂ ਕਹਿ ਸਕਦੇ ਹਾਂ ਜੇਕਰ ਇਹ ਵਿਰੋਧੀ ਨਹੀਂ ਹੋਣਗੇ ਫਿਰ ਆਪਾਂ ਦੁਬਾਰਾ ਫਿਰ ਸਰਪੰਚੀ ਲਈ ਕਿਵੇਂ ਖੜੇ ਹੋਵਾਂਗੇ ਨਹੀਂ ਦੇਖੋ ਸਰਪੰਚੀ ਦੀ ਖਾਤਰ ਸਾਨੂੰ ਕੋਈ ਜ਼ਿਆਦਾ ਚਾਅ ਨਹੀਂ ਹੈਗਾ ਆਪਾਂ ਤਾਂ ਇਹ ਕਹਿੰਦੇ ਵੀ ਕੋਈ ਹੋਰ ਵੀ ਬਣੇ ਮੈਂ ਉਹਨੂੰ ਵੀ ਸਹਿਯੋਗ ਹੁਣ ਅੱਜ ਮੈਂ ਤਾਂ ਐਂ ਨਹੀਂ ਗਾ ਜੀ ਅਸੀਂ ਉਹਨਾਂ ਦੇ ਗੁਰਦੀਪ ਸਿੰਘ ਦੇ ਵੀ ਪਹਿਲਾਂ ਐਂਟੀ ਰਹੇ ਹਾਂ ਪਰ ਸਿਰਫ ਉਹਨੇ ਜਦੋਂ ਇਹ ਬੀੜਾ ਚੱਕਿਆ ਵੀ ਹਾਂ ਮੈਂ ਪਿੰਡ ਦਾ ਸੁਧਾਰ ਕਰਨਾ ਮੈਂ ਪੂਰਾ ਹਿੱਕ ਠੋਕ ਕੇ ਉਹਨੂੰ ਸਹਿਯੋਗ ਦੇ ਰਿਹਾ ਇਸੇ ਤਰ੍ਹਾਂ ਹੀ ਕੋਈ ਵੀ ਹੋਰ ਜੇ ਪਿੰਡ ਨੂੰ ਸੁਧਾਰਨ ਦੀ ਕੋਸ਼ਿਸ਼ ਕਰੂਗਾ ਜੇ ਉਹ ਪਰ ਮੇਰੇ ਮਨ ਨੂੰ ਲੱਗੂਗਾ ਵੀ ਹਾਂ ਇਹ ਸੁਧਾਰ ਕਰੂਗਾ ਤਾਂ ਉਹਦੀ ਮੈਂ ਉਹਨੂੰ ਮੈਂ ਸਹਿਯੋਗ ਪੂਰਾ ਦਊਂਗਾ ਨਹੀਂ ਤਾਂ ਨੰਬਰ 1 ਤੇ ਗੁਰਦੀਪ ਸਿੰਘ ਆ ਔਰ ਮੇਰੇ ਦਿਲ 'ਚ ਵਸਿਆ ਪਿਆ ਵੀ ਉਹਨੇ ਆਪਣੇ ਕੋਲੋਂ ਪੈਸੇ ਲਾ ਕੇ ਕੰਮ ਕੀਤਾ ਜੀ ਤੁਹਾਡੀ ਗੱਲ ਵੱਡੀ ਕਰਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਨਾ ਪਿੰਡ ਲੈਵਲ ਦੇ ਉੱਤੇ ਕਿਉਂਕਿ ਪੰਜਾਬ ਲੈਵਲ ਦੇ ਉੱਤੇ ਲੋਕਾਂ ਦਾ ਬਦਲਾਵ ਤਾਂ ਆਪਾਂ ਦੇਖ ਲਿਆ ਅਤੇ ਰਹਿੰਦਾ ਖੁੰਹਦਾ ਕੱਲ੍ਹ ਵੀ ਸੰਗਰੂਰ ਦੇ ਲੋਕਾਂ ਨੇ ਆਪਣਾ ਬਦਲਾਵ ਦਿਖਾ ਦਿੱਤਾ ਹੁਣ ਆਪਾਂ ਪਿੰਡ ਦੀ ਗੱਲ ਕਰਦੇ ਹਾਂ ਦੇਖੋ ਇੱਕ ਸਰਪੰਚ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਸਰਪੰਚੀ ਦਾ ਕਾਰਜਕਾਲ ਨਿਭਾਇਆ ਤੁਸੀਂ ਆਪਣੇ ਕਾਰਜਕਾਲ ਦੌਰਾਨ ਸੇਵਾ ਨਿਭਾਈ ਤੁਹਾਡੇ ਕੋਲ ਤਜਰਬਾ ਵੀ ਆ ਗਿਆ ਅਤੇ ਹੁਣ ਮੌਜੂਦਾ ਸਰਪੰਚ ਨੇ ਉਹ ਬੀਬੀ ਜੀ ਸੇਵਾ ਨਿਭਾ ਰਹੇ ਨੇ ਅਤੇ ਉਹਨਾਂ ਕੋਲ ਵੀ ਇੱਕ ਸਾਲ ਦੇ ਬਾਅਦ ਉਹਨਾਂ ਕੋਲ ਵੀ ਐਕਸਪੀਰੀਅੰਸ ਦਾ ਹੋ ਜਾਣਾ 5 ਸਾਲ ਦਾ ਤਜਰਬਾ ਹੈ ਲੇਕਿਨ ਜਾਂ ਜਦੋਂ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਨਵੇਂ ਸਰਪੰਚ ਦੀ ਜਾਂ ਤੁਹਾਡੀ ਪੰਚਾਇਤੀ ਮੈਂਬਰ ਜਿਹੜੇ ਤੁਹਾਡੇ ਨਾਲ ਸੀ ਉਹਨਾਂ ਕੋਲ ਤਜਰਬੇ ਹੈਗੇ ਨੇ ਇੱਕ ਬਿਲਕੁਲ ਜਿਸ ਬੰਦੇ ਨੂੰ ਸਰਪੰਚੀ ਦੀ ABCD ਨਹੀਂ ਪਤਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਦੀ ABCD ਨਹੀਂ ਸੀ ਪਤਾ ਪਰ ਉਹ ਮੁੱਖ ਮੰਤਰੀ ਬਣ ਗਏ ਐਜ਼ ਇਟ ਇਜ਼ ਹੀ ਜਦੋਂ ਪਿੰਡ ਦਾ ਕੋਈ ਨਵਾਂ ਮੁੰਡਾ ਨਵਾਂ ਮੋਹਤਬਰ ਸਰਪੰਚ ਬਣਦਾ ਅਤੇ ਉਹ ਸਰਪੰਚੀ ਦੇ ਉਹ ਦਾਅਵਿਆਂ ਦੇ ਉੱਤੇ ਸਰਪੰਚੀ ਲੈ ਤਾਂ ਲੈਂਦਾ ਪਰ ਉਸ ਤੋਂ ਸਰਪੰਚੀ ਦੀ ਉਹ ਸੇਵਾ ਪ੍ਰੋਪਰ ਨਿਭਾਈ ਨਹੀਂ ਜਾਂਦੀ ਅਤੇ ਫਿਰ ਉਹ 3 ਸਾਲ ਬਾਅਦ ਜਾਂ 3.5 ਸਾਲ ਬਾਅਦ ਕਹਿੰਦੇ ਨੇ ਅਸੀਂ ਤਾਂ ਔਖੇ ਸੌਖੇ ਸਮਾਂ ਲੰਘਾ ਲਈਏ ਹੈ ਨਾ ਸਰਪੰਚੀ ਦਾ ਸਾਡੇ ਗਲੇ ਜਾ ਕੇ ਫਸੀ ਪਈ ਹੈ ਅਤੇ ਅਸੀਂ ਲੋਕਾਂ ਨੂੰ ਤਜਰਬਾ ਹੀ ਦਿੰਦੇ ਰਹਿ ਜਾਂਗੇ ਪੰਜਾਬੀ ਲੋਕ ਜੇਕਰ ਗੱਲ ਕਰੀਏ ਜਾਂ ਫਿਰ ਜਿਨ੍ਹਾਂ ਨੇ ਪਹਿਲਾਂ ਤਜਰਬੇ ਲਏ ਹੋਏ ਆ ਉਹਨਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਜੇ ਕਿਸੇ ਨੂੰ ਤਜਰਬਾ ਨਹੀਂ ਵੀ ਹੈਗਾ ਜੀ ਉਹ ਜਿਵੇਂ ਕਹਿੰਦੇ ਹੁੰਦੇ ਗੁਰੂ ਬਿਨਾਂ ਗਤ ਨਹੀਂ ਸੇਠ ਬਿਨਾਂ ਪਤ ਨਹੀਂ ਉਹ ਗੱਲ ਹੈ ਵੀ ਉਹ ਜੇ ਉਹ ਕੁਛ ਨਹੀਂ ਵੀ ਕਰਨਾ ਚਾਹੀਦਾ ਨਾ ਤਾਂ ਉਹਨੂੰ ਜਿਨ੍ਹਾਂ ਦਾ ਪਹਿਲਾਂ ਕੰਮ ਕੀਤਾ ਹੋਇਆ ਉਹਨਾਂ ਦੇ ਦੁਸ਼ਮਣ ਬਣ ਕੇ ਉਹ ਤੋਂ ਕੰਮ ਨਹੀਂ ਹੋ ਸਕਦਾ ਜੇ ਉਹਨਾਂ ਤੋਂ ਸਹਿਯੋਗ ਮੰਗੂਗਾ ਤਾਂ ਉਹ ਵੀ ਕਾਮਯਾਬ ਹੋ ਸਕਦਾ ਨਹੀਂ ਤਾਂ ਫਿਰ ਛਿੱਤਰ ਪੈਣਾ ਹੀ ਨਹੀਂ ਬੜੇ ਥੋੜ੍ਹੇ ਜਿਹੇ ਸ਼ਬਦਾਂ ਦੇ ਵਿੱਚ ਜਸਵੀਰ ਜੀ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵਰਕਰਾਂ ਨੂੰ ਇੱਕ ਸੁਨੇਹਾ ਦੇ ਦਿੱਤਾ ਹੈ ਕਿ ਤੁਹਾਡੇ ਕੋਲ ਤਜਰਬਾ ਸਰਪੰਚੀਆਂ ਦਾ ਨਹੀਂ ਹੈ ਅਤੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚੀਆਂ ਦੇ ਚਾਹਵਾਨ ਹੋ ਅਤੇ ਸਾਬਕਾ ਸਰਪੰਚਾਂ ਦੇ ਨਾਲ ਰਾਬਤਾ ਰੱਖੋ ਤੁਹਾਨੂੰ ਬਿਨਾਂ ਕੰਮ ਕੀਤੇ ਹੀ ਤਜਰਬਾ ਦੇਣ ਲਈ ਸਰਪੰਚ ਭਾਈਚਾਰਾ ਬੈਠਾ ਹੈ ਅਤੇ ਜਸਵੀਰ ਜੀ ਇੱਕ ਸਮੱਸਿਆ ਹੋਰ ਤੁਹਾਡੇ ਪਿੰਡ ਦੇ ਵਿੱਚ ਨਜ਼ਰ ਆ ਰਹੀ ਹੈ ਸਮੱਸਿਆਵਾਂ ਤਾਂ ਬਹੁਤ ਨੇ ਬਟ ਜਿਹੜੀ ਉਹ ਸਮੱਸਿਆ ਉਸਦੇ ਬਾਰੇ ਗੱਲ ਕਰਦੇ ਹਾਂ ਤੁਹਾਡੇ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਦੇ ਜੋ ਹਾਲਾਤ ਨੇ ਕੀ ਉਹ ਤੁਹਾਡੇ ਸਮੇਂ ਵੀ ਇਸ ਤਰ੍ਹਾਂ ਹੀ ਸੀਗੇ ਜਿਵੇਂ ਹੁਣ ਨੇ ਨਹੀਂ ਹੁਣ ਥੋੜ੍ਹਾ ਜਿਹਾ ਜ਼ਿਆਦਾ ਖਰਾਬ ਹੋਇਆ ਜੀ ਕਿਉਂਕਿ ਅਸੀਂ ਧਿਆਨ ਦੇਣਾ ਚਾਹੁੰਦੇ ਸੀ ਉੱਧਰ ਕੁਛ ਹੋਰ ਕੰਮ ਕਰਨ ਵਾਲੇ ਕਰਕੇ ਪਹਿਲਾਂ ਸਾਨੂੰ ਗ੍ਰਾਂਟ ਬਹੁਤ ਲੇਟ ਆਈ ਆ ਜਿਸ ਤਰ੍ਹਾਂ ਅਸੀਂ ਸਰਬਸੰਮਤੀ ਨਾਲ ਪੰਚਾਇਤ ਬਣਾਈ ਸੀਗੀ ਉਹ ਗ੍ਰਾਂਟ ਸਾਨੂੰ ਆਈ ਨਹੀਂ ਅੱਜ ਤੱਕ ਵੀ ਅਤੇ ਅਸੀਂ ਪੈਸਿਆਂ ਦੀ ਉਡੀਕ ਹੀ ਕਰਦੇ ਰਹਿ ਗਏ ਜਾਨੂੰ ਪੈਸੇ ਆਏ ਤਾਂ ਜਾਨੂੰ ਇਲੈਕਸ਼ਨ ਆ ਗਈਆਂ ਥੋੜ੍ਹੇ ਜਿਹੇ ਪੈਸੇ ਅਸੀਂ ਖਰਚੇ ਉਹਦੇ ਬੰਨੀ ਧਿਆਨ ਦੇਵਾਂਗੇ ਹੁਣ ਉਹ ਹੈਗਾ ਉਹ ਘਾਟ ਹੈਗੀ ਆ ਸ਼ਮਸ਼ਾਨ ਘਾਟ ਦੀ ਸਾਫ਼ ਸਫਾਈ ਕਰਨ ਵਾਲੀ ਆ ਉਹ ਕਰਵਾਵਾਂਗੇ ਕਿੰਨੇ ਸਮੇਂ ਤੱਕ ਕਿਉਂਕਿ ਮੌਜੂਦਾ ਪੰਚਾਇਤ ਤੁਹਾਡੇ ਨਾਲ ਹੀ ਸਲਾਹ ਮਸ਼ਵਰਾ ਕਰਕੇ ਚੱਲ ਰਹੀ ਹੈ 6 ਮਹੀਨੇ ਦੇ ਅੰਦਰ ਜੀ ਕਹਿਣ ਤੋਂ ਭਾਵੇਂ ਸਿਟੀ ਲਾਈਫ ਦੀ ਟੀਮ 8 ਮਹੀਨੇ ਬਾਅਦ ਜਦੋਂ ਤੁਹਾਡੇ ਨਾਲ ਇਸ ਮੁੱਦੇ ਉੱਤੇ ਗੱਲ ਕਰੇ ਤਾਂ ਤੁਹਾਡੇ ਪਿੰਡ ਦੀ ਸ਼ਮਸ਼ਾਨ ਘਾਟ ਓਕੇ ਹੋਈ ਉਦੋਂ ਬਾਅਦ ਤੁਹਾਨੂੰ ਕੋਈ ਕਹਿਣ ਨੂੰ ਗੱਲ ਨਹੀਂ ਮਿਲੂਗੀ ਜੀ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਆਪਣੇ
इस शब्द के उत्ते खरे उतरो। आप गल करते हैं तुहाडे पिंड दे विच सोलर लाइट की, सोलर लाइट के संबंध के विच तुहाडे मौजूदा सरपंच ने जानकारी दी कि इसके पैनल जिहड़े ने खराब ने, तो पैनल मुल जिन्ने आते हैं महंगा पैंदा है, तो तुहाडी जिहड़ी पंचायती आमदन है उस हिसाब नाल बजट नहीं हैगा कि तुसीं दुबारा फिर स्ट्रीट लाइटां लगवा लो। तो स्ट्रीट लाइट बिजली का प्रबंध फिर हुण किस तरह चल रहा? ये असीं उहदे नाल गल कीती सीगी, ये जिहड़े पैनल है इहनां दी 25 साल की गरंटी सीगी, उदों बाद फिर वह सानू दो तीन दिन पहले ही उहदे नाल गल कीती सी, तां उह कहिंदे वी सानू खोल के इत्थे पैनल लै आओ। हुण जे असीं खोल के जावांगे असीं कित्थों मिस्त्री लभांगे? वो कहिंदे वी बंदे कम्म ते लगे हुए आ, वी कुछ दिनां तक वह उधरों वेले होणगे। असीं पैनल खोल के असीं गरंटी दे विच होण करके जे असीं दुबारा नवें सिरों पाउने आ तां वी असीं कसूरवार हुंने आ, क्योंकि वह गरंटी दे विच ने। सानू साडे ते ब्लेम लग सकता जदों गरंटी सी, तुसीं गरंटी च वापस क्यों नहीं कराए? उन्हां वन्नियों कोई सानू लिख के आ जाऊगा भी हाँ असीं ये नहीं दे सकते, फिर असीं दुबारा पैसे खर्च के भी वह पैनल लावांगे और लाइटां चालू करांगे, चाहे सानू जेब चों पैसे लाने पै जाण। ਤੇ ਅੱਜ ਦੀ ਜੇਕਰ ਗੱਲ ਕਰੀਏ ਤਾਂ ਪਿੰਡ ਕੋਟ ਆਗਾ ਦੇ ਵਿੱਚ ਜਥੇਬੰਦੀਆਂ ਨੇ ਆਪਣਾ ਪੱਕਾ ਧਰਨਾ ਲਗਾ ਰਿਹਾ ਅਤੇ ਪੱਕਾ ਮੋਰਚਾ ਲਗਾਇਆ ਹੋਇਆ, ਕਿਉਂਕਿ ਐਕਸਪ੍ਰੈਸ ਵੇ ਜਿਹੜਾ ਬਣ ਰਿਹਾ ਉਸ ਦੇ ਵਿੱਚ ਤੁਹਾਡੀ ਕੋਟ ਆਗਾ ਦੀ ਜ਼ਮੀਨ ਵੀ ਆਉਂਦੀ ਹੈ, ਜੜਾਹਾ ਦੀ ਜ਼ਮੀਨ ਵੀ ਆਉਂਦੀ ਹੈ, ਤੁਹਾਡੇ ਨਾਲ ਲੱਗਦੇ ਪਿੰਡ ਕਾਲਕ ਅਤੇ ਹੋਰ ਵੀ ਕਈ ਪਿੰਡਾਂ ਦੀ ਜ਼ਮੀਨ ਆ ਰਹੀ ਹੈ, ਅਤੇ ਤੁਸੀਂ ਇਹ ਦੱਸੋ ਕਿ ਕੋਟ ਆਗਾ ਦੀ ਜਿਹੜੀ ਪੰਚਾਇਤੀ ਜ਼ਮੀਨ ਹੈ ਕਿ ਉਹ ਵੀ ਇਸ ਐਕਸਪ੍ਰੈਸ ਵੇ ਦੇ ਵਿੱਚ ਆ ਰਹੀ ਹੈ? ਹਾਂਜੀ ਆ ਰਹੀ ਹੈ। ਕਿੰਨੀ ਆ ਰਹੀ ਹੈ? ਉਹ ਸਾਨੂੰ ਇਹ ਦੱਸਿਆ ਨਹੀਂ ਹੈਗਾ, ਲਗਭਗ 1.5 ਕਿੱਲੇ ਤੋਂ ਉੱਪਰ ਹੈ ਜੀ। ਕੀ ਕਾਰਨ ਹੈ ਕਿ ਤੁਸੀਂ ਇਸਦਾ ਵਿਰੋਧ ਕਰ ਰਹੇ ਹੋ? ਕਿਉਂ ਨਹੀਂ ਤੁਸੀਂ ਕੇਂਦਰ ਸਰਕਾਰ ਨੂੰ ਆਪਣੀ ਜ਼ਮੀਨ ਦੇ ਰਹੇ ਜਦੋਂ ਕਿ ਸਰਕਾਰ ਤੁਹਾਨੂੰ ਪੈਸਾ ਦੇ ਰਹੀ ਹੈ? ਨਹੀਂ ਸਾਨੂੰ ਜੇ ਪੂਰੇ ਪੈਸੇ ਦੇਵੇ, ਪਹਿਲੀ ਗੱਲ ਤਾਂ ਇਹ ਜੀ ਸਾਨੂੰ ਦੱਸ ਹੀ ਨਹੀਂ ਰਿਹਾ ਕਿ ਤੁਹਾਨੂੰ ਕਿੰਨੇ ਪੈਸੇ, ਸਾਨੂੰ ਇਹ ਕਹਿੰਦਾ ਵੀ ਆਪਣੇ ਆਪੋ ਆਪਣੇ ਅਕਾਊਂਟ ਸਾਡੇ ਕੋਲ ਦੇ ਦਿਓ, ਵੀ ਪੈਸੇ ਤੁਹਾਡੇ ਆ ਚੁੱਕੇ ਆ, ਤੁਹਾਡੇ ਅਕਾਊਂਟ 'ਚ ਪੈਸੇ ਪਾਈਏ, ਸਾਨੂੰ ਦੱਸਣ ਵੀ ਤੁਹਾਡੀ ਇੰਨੀ ਜ਼ਮੀਨ ਆ ਗਈ ਇਹਦੇ ਵਿੱਚ, ਇੰਨੇ ਤੁਹਾਡੇ ਪੈਸੇ ਬਣਦੇ ਆ ਔਰ ਤੁਹਾਨੂੰ ਪੂਰੇ ਮਿਲਣਗੇ, ਤਾਂ ਅਸੀਂ ਅਕਾਊਂਟ ਦੇਵਾਂਗੇ। ਸਾਤੋਂ ਅਕਾਊਂਟ ਮੰਗ ਲਏ, ਉਦੋਂ ਬਾਅਦ ਉਹ ਆਪਣੀ ਮਰਜ਼ੀ ਨਾਲ ਜਿੰਨੇ ਵੀ ਪੈਸੇ ਮਰਜ਼ੀ ਦੇ ਕੇ ਸਾਨੂੰ ਉਹ ਚੱਕ ਕਹਿ ਸਕਦੇ ਆ ਵੀ ਕਬਜ਼ਾ ਕਰ ਸਕਦੇ ਆ, ਜਦੋਂ ਅਸੀਂ ਪੈਸੇ ਚੱਕ ਲਏ ਫਿਰ ਅਸੀਂ ਕਬਜ਼ਾ ਕਰਨ ਤੋਂ ਰੋਕ ਨਹੀਂ ਸਕਦੇ। ਅਸੀਂ ਪੈਸਾ ਇਸ ਕਰਕੇ ਨਹੀਂ ਚੱਕਿਆ ਕਿ ਅਸੀਂ ਉਹਨਾਂ ਨੂੰ ਕਬਜ਼ੇ ਤੋਂ ਰੋਕ ਸਕੀਏ। ਗੱਲ ਕਰੀਏ ਕੱਲ੍ਹ ਦੀ, ਕੱਲ੍ਹ ਧਰਨੇ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਪਹੁੰਚੇ ਹੋਏ ਸੀ, ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਜੀ। ਉਹਨਾਂ ਨੇ ਸਟੇਜ 'ਤੇ ਇਹ ਗੱਲ ਆਖੀ ਕਿ ਜਿਨ੍ਹਾਂ ਦੇ ਉੱਤੇ ਪ੍ਰਸ਼ਾਸਨ ਨੇ ਧੱਕੇ ਨਾਲ ਜਿਹੜੀ ਜ਼ਮੀਨ ਦੇ ਉੱਤੇ ਕਬਜ਼ਾ ਲਿਆ, ਉੱਥੇ ਦੁਬਾਰਾ ਫਿਰ ਉਹ ਕਿਸਾਨ ਵੀਰ ਆਪਣੀ ਫਸਲ ਬੀਜਣ, ਝੋਨੇ ਨੂੰ ਦੁਬਾਰਾ ਬਿਜਾਈ ਕਰਨ। ਕੀ ਉਹ ਝੋਨਾ ਹੁਣ ਕਿਸਾਨ ਵੀਰ ਰਾਜ਼ੀ ਹੋ ਗਏ ਨੇ ਦੁਬਾਰਾ ਬੀਜਣ ਲਈ, ਜਾਂ ਡਰ ਕਰਕੇ ਘਰ ਬੈਠ ਗਏ ਨੇ? ਉਹ ਡਰੇ ਨਹੀਂ ਗਏ ਜੀ, ਉਹ ਲਾਉਣ ਲੱਗੇ ਹੋਏ ਆ, ਜੋ ਰਹਿੰਦਾ ਬਾਕੀ ਉਹ ਲਾਉਣਗੇ ਵੀ। ਉਹਨਾਂ ਨੇ ਸਾਨੂੰ ਇਹ ਕਿਹਾ, ਕਹਿੰਦੇ ਅਸੀਂ ਲਾਵਾਂਗੇ। ਅਤੇ ਜੋ ਪ੍ਰਸ਼ਾਸਨ ਨੇ ਆ ਕੇ ਇੱਥੇ ਕੀਤਾ ਕਿ ਇਸ ਸੰਬੰਧ ਦੇ ਵਿੱਚ ਤੁਹਾਡੇ ਪਿੰਡ ਵਾਸੀਆਂ ਦੇ ਕੋਲ ਤੁਹਾਡੇ ਮੌਜੂਦਾ MLA ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਪਹੁੰਚੇ? ਨਹੀਂ ਜੀ, ਕੋਈ ਨਹੀਂ ਪਹੁੰਚਿਆ। ਕੋਈ ਉਹਨਾਂ ਦੀ ਟੀਮ ਨੇ ਕੋਈ ਰਾਬਤਾ ਕੀਤਾ ਆ ਕੇ? ਫੋਨ ਹੀ ਨਹੀਂ ਚੱਕ ਰਹੇ ਜੀ। ਜਸਵੀਰ ਜੀ, ਜਿੱਥੇ ਤੁਹਾਡੇ ਪਿੰਡ ਦੀਆਂ ਹੈ ਨਾ ਕੁਝ ਕੁ ਸਮੱਸਿਆਵਾਂ ਨੇ ਉੱਥੇ, ਕਿਉਂਕਿ ਪਿੰਡ ਛੋਟਾ ਜਿਹਾ ਆ ਅਤੇ ਇਹ ਲਗਾਓ ਪਿੰਡ ਵੱਡਾ ਹੁੰਦਾ ਤਾਂ ਸਮੱਸਿਆਵਾਂ ਥੋੜ੍ਹੀਆਂ ਲੇਟ ਦਿਖਦੀਆਂ ਨੇ ਪੱਤਰਕਾਰਾਂ ਨੂੰ, ਪਰ ਪਿੰਡ ਛੋਟਾ ਆ ਜਿਸਦੇ ਕਾਰਨ ਸਮੱਸਿਆਵਾਂ ਪਹਿਲਾਂ ਦਿਖ ਰਹੀਆਂ ਨੇ ਅਤੇ ਕਿਤੇ ਹੋਏ ਕੰਮ ਤਾਂ ਹਾਲੇ ਚੱਲ ਰਹੇ ਨੇ। ਤੁਹਾਡੇ ਪਿੰਡ ਦੇ ਵਿੱਚ ਆਂਗਨਵਾੜੀ ਦੀ ਜਿਹੜੀ ਬਿਲਡਿੰਗ ਆ ਉਸਦੀ ਵੀ ਸਮੱਸਿਆ, ਜਿਸਦਾ ਹੁਣ ਆਮ ਇਜਲਾਸ ਜਦੋਂ ਹੋਇਆ ਸੀ ਉਦੋਂ ਮਤਾ ਪਾਇਆ ਗਿਆ, ਇਹ ਸਮੱਸਿਆ ਤੁਸੀਂ ਕੀ ਤੁਹਾਡੇ ਕਾਰਜਕਾਲ ਵਿੱਚ ਵੀ ਸੀ ਜਾਂ ਹੁਣੀ ਆਈ ਆ? ਨਹੀਂ, ਇਹ ਜਿਹੜੀ ਉਹ ਇਮਾਰਤ ਸੀ ਜੀ, ਉਹ ਨਕਾਰਾ ਹੀ ਹੋਈ ਵੀ ਆ। ਪਹਿਲਾਂ ਉੱਧਰ ਬਹਿੰਦੇ ਸੀ ਅਸੀਂ, ਆਂਗਨਵਾੜੀ ਵਾਲਿਆਂ ਨੂੰ ਕਿਹਾ ਸੀ ਵੀ ਤੁਸੀਂ ਇੱਧਰ ਬੈਠ ਜਾਓ, ਉਹਨਾਂ ਦੀ ਕੁਛ ਆਪਸ ਵਿੱਚ ਘੱਟ ਬਣਦੀ ਹੈ, ਤਾਂ ਉਹ ਆਨੇ ਬਹਾਨੇ ਲਾ ਰਹੇ ਆ ਵੀ ਸਾਡਾ ਇੱਥੇ ਆ, ਸਾਡਾ ਜਿਹੜਾ ਸਮਾਨ ਰੱਖਿਆ ਹੋਇਆ ਉਹ ਚੱਕ ਲੈਣਗੇ। ਸਾਨੂੰ ਨਹੀਂ ਪਤਾ ਵੀ ਉਹਨਾਂ ਦੇ ਦਿਲ ਦੇ ਵਿੱਚ ਕੀ ਆ, ਜੇ ਉਹ ਚਾਹੁਣ ਤਾਂ ਅਸੀਂ ਉੱਧਰ ਇੱਕ ਇਹਨਾਂ ਨੂੰ ਕਮਰਾ ਬਣਾ ਦਾਂਗੇ, ਉੱਥੇ ਉਹ ਬੈਠ ਕੇ ਆਪਦਾ ਉਹ ਸਹੀ ਕੰਮ ਕਰ ਸਕਦੇ ਆ। ਦੂਜਾ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੇ ਨਾਲ ਹੀ ਇੱਕ ਕਮਰਾ ਉਹਨਾਂ ਨੂੰ ਬਣਾ ਕੇ ਦੇਵਾਂਗੇ। ਮੈਂ ਟੀਚਰ ਨੂੰ ਵੀ ਮਿਲਿਆ ਸੀਗਾ ਜਿਹੜੇ ਪ੍ਰਾਇਮਰੀ ਸਕੂਲ ਦੇ ਨੇ, ਉਹ ਕਹਿੰਦੇ ਸੀ ਵੀ ਅਸੀਂ ਤਾਂ ਰੋਕਦੇ ਨਹੀਂ ਇਹਨਾਂ ਨੂੰ, ਇੱਥੇ ਬੈਠ ਜਾਣ। ਫਿਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਬੈਠਦੇ ਕਿਉਂ ਨਹੀਂ? ਉਹ ਕਹਿੰਦੇ ਵੀ ਜੇ ਅਸੀਂ ਇੱਥੇ ਬੈਠਦੇ ਹਾਂ ਸਾਡੀ ਚੀਜ਼ ਚੱਕੀ ਜਾਊ ਕੱਲ੍ਹ ਨੂੰ, ਉਹਦਾ ਕੌਣ ਜ਼ਿੰਮੇਵਾਰ ਆ? ਤਾਂ ਮੈਨੂੰ ਕੋਈ ਹੱਲ ਲੱਭਿਆ ਨਹੀਂ ਗਿਆ ਜੀ ਉਹਦਾ। ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਛੋਟੇ ਜਿਹੇ ਪਿੰਡ ਦੀ ਆਂਗਨਵਾੜੀ ਵਿੱਚੋਂ ਕੋਈ ਚੀਜ਼ ਚੱਕੀ ਜਾ ਸਕਦੀ ਹੈ? ਕੋਈ ਨਹੀਂ ਚੱਕੀ ਜਾ ਸਕਦੀ ਜੀ, ਸਿਰਫ ਇੱਕ ਦੂਜੇ ਨੇ ਡਰ ਆ। ਜਿਹੜੇ ਪ੍ਰਾਇਮਰੀ ਸਕੂਲ ਦੇ ਟੀਚਰ ਦੇ ਨਾਲ ਹੈ ਲੇਡੀਜ਼, ਉਹ ਬੜੀ ਇਮਾਨਦਾਰ ਆ, ਉਹ ਕੋਈ ਇੱਦਾਂ ਚੀਜ਼ਾਂ ਚੱਕਣ ਵਾਲੀ ਨਹੀਂ ਹੈ। ਅਤੇ ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜ਼ਰੀਏ ਜੋ ਮੌਜੂਦਾ ਸਰਪੰਚ ਭਾਈਚਾਰਾ ਜਿਨ੍ਹਾਂ ਦੇ ਕਾਰਜਕਾਲ ਨੂੰ ਕਰੀਬ 1.25 ਸਾਲ ਰਹਿ ਗਿਆ, ਉਹਨਾਂ ਨੂੰ ਆਪਣੇ ਕਾਰਜਕਾਲ ਦੇ ਲਈ ਕਿਸ ਤਰ੍ਹਾਂ ਉਹਨਾਂ ਨੂੰ ਹੁਣ ਕੰਮ ਕਰਨੇ ਚਾਹੀਦੇ ਨੇ ਕਿਉਂਕਿ ਸਰਕਾਰ ਬਦਲ ਗਈ ਹੈ, ਇੱਕ ਸੁਨੇਹਾ? ਦੇਖੋ ਜੀ, ਉਹਨਾਂ ਦਾ ਪਹਿਲਾਂ ਵੀ ਆਪਣਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਹਾਂ ਅਸੀਂ ਪਿੰਡ ਦਾ ਸੁਧਾਰ ਕਰੀਏ, ਅੱਜ ਵੀ ਉਹ ਪੂਰਾ ਜ਼ੋਰ ਲਾਉਣਗੇ ਔਰ ਮੈਂ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਊਂਗਾ ਜਿੰਨਾ ਵੀ ਮੇਰੇ ਤੋਂ ਹੋ ਸਕੂਗਾ, ਔਰ ਪਿੰਡ ਦੀ ਨਿਹਾਰ ਬਦਲਾਂਗੇ, ਕੋਈ ਇੱਦਾਂ ਦੀ ਗੱਲ ਨਹੀਂ।
सिटी लाइव चैनल के जरिए हलका गिल के एम एल ए सरदार जीवन सिंह संगोवाल जी को एक सुनेहा असी भी देना चाहते हैं कि पिंड के हलका गिल के वसनीकों ने वोटर सपोर्टर ने तुहानू हत्थां ते नहीं अखां ते चुकिया है ते अज पिंड कोटागा पिंड जड़ाहां पिंड कालक ये तुहाडे अपने ही पिंड ने तुहाडे ही अपने वसनीक ने जिन्हां ने तुहानू वोटां पा के जिताया ते एम एल ए बनाया पर कारण है कि 25 जून न पिंड कालक दे विच जदों प्रशासन केंद्र सरकार दे प्रशासन दे नाल मिलके किसान वीरां दी जमीनां दे उत्ते धक्के नाल कब्जा कर रही सी तां सरदार जीवन सिंह संगोवाल जी तुसीं ये 3 दिनां दे कार्यकाल दे दौरान अपने इन्हां हलका गिल दे वसनीकां दे विच नज़र नहीं आए। इत्थों तक इस समय सरदार जसवीर सिंह जी ने दस्सिया कि तुसीं फोन भी नहीं चुकदे। अंत दे विच जसवीर जी तुहाडे लई इक छोटा जिहा सवाल है, जेकर गल करिए मौजूदा विधायक दी सरदार जीवन सिंह संगोवाल जी दी और साबका विधायक सरदार दर्शन सिंह शिवालिक जी दी, तुहानू लगदा है कि जिस तरह सरदार दर्शन सिंह शिवालिक जी ने पिंडां दा निरपक्ष विकास किया, जिस तरह तुसीं अपने शब्दां विच दस्सिया सी कि उन्होंने गफ्फे दिते, कि मौजूदा विधायक सरदार जीवन सिंह संगोवाल जी पिंड वासियां दी उम्मीदां ते खरे उतर के मोटे गफ्फे देणगे जिहदे नाल पिंड दे विकास काम हो सकन? देखो जी, असं ये बारे कुछ नहीं कह सकते। हुण जिस तरह के साडे ते संकट बनिया सीगा आ के सरकार धक्के नाल साडी जमीन दबण लग गई, उदे ते अज तक साडा कोई हाल चाल पुछे ही नहीं उन्होंने, असं किवें विश्वास कर सकते हैं भी वह अगे भी साडी सपोर्ट करनगे? बाकी समा दसूगा भी वह की करते हैं। आने वाले समय दे विच देखदे आं कि हलका गिल दे एम एल ए सरदार जीवन सिंह संगोवाल जी अपने पिंड कोटागा दे वसनीकां दे दिल दे विच घर करदे ने या फिर संगरूर वांग जल्दी ही लोगों तो विदा लेंदे ने। यह सारी जानकारी लैण लई साडे सिटी लाइव चैनल दे नाल जुड़े रहो।